जहाँ बरकतें मिलती हैं, जहाँ बरकतें मिलती हैं, आओ खुदावन के घर चले। जहाँ नेमतें मिलती हैं, जहाँ नेमतें मिलती हैं, आओ खुदावन के घर चले। ਹਾਂ ਜਿਸਨੂੰ ਲੱਗਦਾ ਏ ਕਿ ਉਸਦੀ ਜ਼ਿੰਦਗੀ ਮੁੱਕਦੀ ਜਾਂਦੀ ਏ, ਵਿੱਚ ਹਾਲਾਤਾਂ ਵਿੱਚ ਰੋਗਾਂ ਦੇ ਜ਼ਿੰਦਗੀ ਮੁੱਕਦੀ ਜਾਂਦੀ ਏ, ਹਾਲਾਤਾਂ ਵਿੱਚ ਰੋਗਾਂ ਦੇ ਜ਼ਿੰਦਗੀ ਮੁੱਕਦੀ ਜਾਂਦੀ ਏ। ਜਾਣ ਕੇ ਜਾਣ ਕੇ ਜਾਣ ਕੇ ਖੁਦਾ ਨੂੰ ਜਾਣ ਕੇ, ਨਮਾਨ ਜਹੇ ਕੌੜੀਆਂ ਨੂੰ ਸਾਫ ਕਰ ਦਿੰਦਾ ਏ, ਨਮਾਨ ਜਹੇ ਕੌੜੀਆਂ ਨੂੰ ਸਾਫ ਕਰ ਦਿੰਦਾ ਏ, ਵੱਡੇ ਗੁਨਾਹਗਾਰਾਂ ਨੂੰ ਵੀ ਮਾਫ ਕਰ ਦਿੰਦਾ ਏ, ਵੱਡੇ ਗੁਨਾਹਗਾਰਾਂ ਨੂੰ ਵੀ ਮਾਫ ਕਰ ਦਿੰਦਾ ਏ, ਸ਼ੂਕੇ ਇੱਕ ਵਾਰ ਪਾਕ ਸਾਫ ਕਰ ਦਿੰਦਾ ਏ, ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਿਆਰੇ ਭਰਾਓ ਅਤੇ ਭੈਣੋ, ਅਸੀਂ ਪਾਸਕਾ ਦੇ ਸਮੇਂ ਦੇ ਵਿੱਚ ਹਾਂ ਅਤੇ ਅੱਜ ਦਾ ਸੰਦੇਸ਼ ਸਾਨੂੰ ਯਾਦ ਦਿਲਾਉਂਦਾ ਹੈ ਕਿ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਆਪਣੇ ਸ਼ਬਦਾਂ ਦੇ ਰਾਹੀਂ, ਆਪਣੇ ਕੰਮਾਂ ਦੇ ਰਾਹੀਂ,
ਖੁਦਾ ਬਾਪ ਦਾ ਪ੍ਰੇਮ ਲੋਕਾਂ ਉੱਤੇ ਦਰਸਾਉਂਦਾ ਹੈ। ਉਸੇ ਤਰ੍ਹਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਮਸੀਹ ਦੇ ਵਿੱਚ ਹੁੰਦਿਆਂ ਹੋਇਆਂ ਆਪਣੇ ਕੰਮਾਂ ਦੇ ਰਾਹੀਂ, ਦੁਆ ਪ੍ਰਾਰਥਨਾ ਦੇ ਰਾਹੀਂ ਲੋਕਾਂ ਦੇ ਸਾਹਮਣੇ ਖੁਦਾ ਦਾ ਅਤੇ ਪ੍ਰਭੂ ਦਾ ਜੋ ਪਿਆਰ ਹੈ ਲੋਕਾਂ ਦੇ ਵਿੱਚ ਸਾਂਝਾ ਕਰ ਸਕੀਏ, ਉਹਨੂੰ ਦਰਸਾ ਸਕੀਏ। ਆਓ ਅਸੀਂ ਉਹਨਾਂ ਸਾਰੇ ਸਮਿਆਂ ਦੇ ਲਈ ਖੁਦਾ ਦੇ ਕੋਲੋਂ ਮਾਫ਼ੀ ਮੰਗੀਏ ਜਦੋਂ ਮੈਂ ਆਪਣੇ ਨੇਕ ਕੰਮਾਂ ਦੇ ਰਾਹੀਂ ਖੁਦਾ ਦਾ ਜੋ ਪਿਆਰ ਹੈ ਲੋਕਾਂ ਦੇ ਵਿੱਚ ਵੰਡ ਨਹੀਂ ਸਕਿਆ, ਉਹਦੇ ਪਿਆਰ ਨੂੰ ਦਇਆ ਵਿਖਾਉਣ ਦੇ ਰਾਹੀਂ, ਆਪਣੇ ਭੈਣ ਭਰਾ ਨੂੰ ਪਿਆਰ ਕਰਨ ਦੇ ਰਾਹੀਂ ਦਰਸਾ ਨਹੀਂ ਸਕਿਆ। ਉਹਦੇ ਪਿਆਰ ਨੂੰ ਮੈਂ ਦੂਜਿਆਂ ਦੇ ਲਈ ਦੁਆ ਕਰਨ ਦੇ ਰਾਹੀਂ ਦਰਸਾ ਨਹੀਂ ਸਕਿਆ। ਆਓ ਅਸੀਂ ਉਹਨਾਂ ਸਾਰੇ ਸਮਿਆਂ ਦੇ ਲਈ ਖੁਦਾ ਦੇ ਕੋਲੋਂ ਮਾਫ਼ੀ ਮੰਗੀਏ ਤਾਂ ਜੋ ਅਸੀਂ ਯੋਗ ਢੰਗ ਦੇ ਨਾਲ ਪਾਕ ਮਾਸਟਰੀ ਕੁਰਬਾਨੀ ਦੇ ਵਿੱਚ ਭਾਗ ਲੈ ਸਕੀਏ। ਗੁਨਾਹਾਂ ਉੱਤੇ ਪਛਤਾਵਾ ਕਰਦੇ ਹੋਏ ਆਓ ਅਸੀਂ ਸਾਰੇ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚ ਨਾਲ, ਬੋਲ ਨਾਲ, ਕਦਰ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਵਾਰੀ ਮਰੀਅਮ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ, ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੇਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਤੂੰ ਸਾਡੇ ਉੱਤੇ ਮਿਹਰ ਕਰਕੇ ਬਪਤਿਸਮੇ ਦੇ ਸਾਕਰਾਮੈਂਟ ਦੀ ਨਵੀਂ ਸਿਰਿਓਂ ਜਨਮ ਦੇਣ ਦੀ ਸ਼ਕਤੀ ਦੇ ਰਾਹੀਂ ਸਾਨੂੰ ਸਵਰਗੀ ਜੀਵਨ ਬਖਸ਼ਿਆ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੂੰ ਤੂੰ ਨੇਕ ਠਹਿਰਾਉਂਦੇ ਹੋਏ ਅਮਰ ਰਹਿਣ ਦੇ ਵਰਦਾਨ ਲਈ ਲਾਇਕ ਬਣਾਉਂਦਾ ਹੈ, ਉਹ ਤੇਰੀ ਹੀ ਅਗਵਾਈ ਨਾਲ ਮਹਿਮਾ ਦੀ ਸੰਪੂਰਨਤਾ ਨੂੰ ਹਾਸਲ ਕਰਨ। ਸਾਡੇ ਪ੍ਰਭੂ ਯੇਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੇਨ। ਚੇਲਿਆਂ ਦੇ ਕਰਤੱਵ ਉਸਦਾ 13 ਅਧਿਆਏ 44 ਤੋਂ 52 ਆਇਤ। ਅਗਲੇ ਸਬਦ ਤਕਰੀਬਨ ਸਾਰਾ ਸ਼ਹਿਰ ਪ੍ਰਭੂ ਦਾ ਵਚਨ ਸੁਣਨ ਲਈ ਇਕੱਠਾ ਹੋ ਗਿਆ, ਪਰ ਜਦੋਂ ਯਹੂਦੀਆਂ ਨੇ ਪਹਾੜੀ ਭੀੜ ਨੂੰ ਵੇਖਿਆ ਤਾਂ ਉਹ ਈਰਖਾ ਨਾਲ ਸੜ ਬਲ ਗਏ ਅਤੇ ਉਹਨਾਂ ਨੇ ਕੁਫਰ ਬੋਲਦੇ ਹੋਏ ਉਸ ਸਭ ਦਾ ਖੰਡਨ ਕੀਤਾ ਜੋ ਵੀ ਪੌਲਸ ਕਹਿੰਦਾ ਸੀ। ਜਦੋਂ ਪੌਲਸ ਅਤੇ ਬਰਨਾਬਾਸ ਨਿਡਰ ਹੋ ਕੇ ਬੋਲ ਉੱਠੇ ਅਤੇ ਕਿਹਾ,
ਇਹ ਜ਼ਰੂਰੀ ਸੀ ਕਿ ਖੁਦਾ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ, ਪਰ ਕਿਉਂ ਜੋ ਤੁਸੀਂ ਇਸ ਨੂੰ ਰੱਦ ਕਰਦੇ ਹੋ ਅਤੇ ਆਪਣੇ ਆਪ ਨੂੰ ਅਨੰਤ ਜੀਵਨ ਦੇ ਯੋਗ ਨਹੀਂ ਸਮਝਦੇ ਹੋ, ਇਸ ਲਈ ਵੇਖੋ ਅਸੀਂ ਹੁਣ ਗੈਰ ਯਹੂਦੀਆਂ ਵੱਲ ਰਜੂ ਕਰਦੇ ਹਾਂ, ਕਿਉਂਕਿ ਪ੍ਰਭੂ ਨੇ ਸਾਨੂੰ ਇਹ ਕਹਿੰਦੇ ਹੋਏ ਆਗਿਆ ਦਿੱਤੀ ਹੈ, ਮੈਂ ਤੁਹਾਨੂੰ ਗੈਰ ਯਹੂਦੀ ਕੌਮਾਂ ਦੇ ਲਈ ਇੱਕ ਚਾਨਣ ਬਣਾ ਦਿੱਤਾ ਹੈ, ਤਾਂ ਜੋ ਤੁਸੀਂ ਧਰਤੀ ਦੇ ਅੰਤਮ ਹੱਦ ਤੱਕ ਮੁਕਤੀ ਪਹੁੰਚਾਓ। ਜਦੋਂ ਗੈਰ ਯਹੂਦੀ ਲੋਕਾਂ ਨੇ ਇਹ ਸੁਣਿਆ ਤਾਂ ਉਹ ਖੁਸ਼ ਹੋ ਗਏ ਅਤੇ ਉਹਨਾਂ ਨੇ ਪ੍ਰਭੂ ਦੇ ਵਚਨ ਦੀ ਵਡਿਆਈ ਕੀਤੀ, ਅਤੇ ਜਿਨ੍ਹੇ ਵੀ ਅਨੰਤ ਜੀਵਨ ਦੇ ਲਈ ਚੁਣੇ ਹੋਏ ਸਨ ਉਹਨਾਂ ਨੇ ਇਮਾਨ ਲਿਆਂਦਾ। ਇਸ ਤਰ੍ਹਾਂ ਪ੍ਰਭੂ ਦਾ ਵਚਨ ਪੂਰੀ ਤਰ੍ਹਾਂ ਸਾਰੇ ਖੇਤਰ ਵਿੱਚ ਫੈਲ ਗਿਆ, ਪਰ ਯਹੂਦੀਆਂ ਨੇ ਮੰਨਿਆ ਪਰਮੰਨਿਆ ਭਗਤਾਂ, ਔਰਤਾਂ ਅਤੇ ਸ਼ਹਿਰ ਦੇ ਪ੍ਰਮੁੱਖ ਆਦਮੀਆਂ ਨੂੰ ਭੜਕਾਇਆ ਅਤੇ ਪੌਲਸ ਅਤੇ ਬਰਨਾਬਾਸ ਦੇ ਵਿਰੁੱਧ ਅੱਤਿਆਚਾਰ ਸ਼ੁਰੂ ਕਰਵਾਇਆ ਅਤੇ ਉਹਨਾਂ ਨੂੰ ਆਪਣੇ ਇਲਾਕੇ ਦੀਆਂ ਹੱਦਾਂ ਤੋਂ ਬਾਹਰ ਕੱਢ ਦਿੱਤਾ। ਪਰ ਉਹਨਾਂ ਨੇ ਆਪਣੇ ਪੈਰਾਂ ਦੀ ਧੂੜ ਉਹਨਾਂ ਦੇ ਵਿਰੁੱਧ ਝਾੜ ਦਿੱਤੀ ਅਤੇ ਇਕੋਨੀਅਮ ਨੂੰ ਚਲੇ ਗਏ, ਅਤੇ ਚੇਲੇ ਅਨੰਤ ਅਤੇ ਰੂਹ ਪਾਕ ਨਾਲ ਭਰਪੂਰ ਹੋ ਗਏ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਆਓ ਇੱਕ ਨਵਾਂ ਗੀਤ ਰੱਬ ਲਈ ਗਾਓ, ਆਓ ਇੱਕ ਨਵਾਂ ਗੀਤ ਰੱਬ ਲਈ ਗਾਓ, ਸਭ ਜੋ ਜ਼ਮੀਨ ਦੇ ਹੋ ਗਾਵਨ ਲਈ ਆਓ, ਸਭ ਜੋ ਜ਼ਮੀਨ ਦੇ ਹੋ ਗਾਵਨ ਲਈ ਆਓ, ਆਓ ਇੱਕ ਨਵਾਂ
ਸਵਰਗਾਂ ਦੀ ਚਾਬੀ ਹੈ ਤੇਰੀ ਅੰਜੀ, ਤੇਰੀ ਅੰਜੀਲ ਯਸੂ ਤੇਰੀ ਅੰਜੀ, ਤੇਰੀ ਅੰਜੀਲ ਯਸੂ ਤੇਰੀ ਅੰਜੀ, ਦੁੱਖਾਂ ਤੋਂ ਆਜ਼ਾਦੀ ਹੈ ਤੇਰੀ ਅੰਜੀ, ਦੁੱਖਾਂ ਤੋਂ ਆਜ਼ਾਦੀ ਹੈ ਤੇਰੀ ਅੰਜੀ, ਤੇਰੀ ਅੰਜੀਲ ਯਸੂ ਤੇਰੀ ਅੰਜੀ, ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਯਹੋਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਬਾਪ ਨੂੰ ਵੀ ਜਾਣਦੇ, ਹੁਣ ਤੋਂ ਤੁਸੀਂ ਉਸ ਨੂੰ ਜਾਣ ਲਿਆ ਹੈ ਅਤੇ ਵੇਖ ਲਿਆ ਹੈ। ਫਿਲਿਪ ਨੇ ਉਸ ਨੂੰ ਕਿਹਾ, ਪ੍ਰਭੂ ਸਾਨੂੰ ਬਾਪ ਦੇ ਦਰਸ਼ਨ ਕਰਵਾ ਦੇ, ਸਾਡੇ ਲਈ ਇੰਨਾ ਹੀ ਬਹੁਤ ਹੈ। ਯਿਸੂ ਨੇ ਉਸ ਨੂੰ ਕਿਹਾ, ਮੈਂ ਤੁਹਾਡੇ ਨਾਲ ਇੰਨਾ ਚਿਰ ਰਹਿ ਰਿਹਾ ਹਾਂ ਫਿਲਿਪ, ਅਤੇ ਫਿਰ ਵੀ ਤੂੰ ਮੈਨੂੰ ਨਹੀਂ ਜਾਣਿਆ। ਯਿਸੂ ਨੇ ਉਸ ਨੂੰ ਵੇਖਿਆ, ਜਿਸ ਨੇ ਮੈਨੂੰ ਵੇਖਿਆ ਹੈ ਉਸ ਨੇ ਬਾਪ ਨੂੰ ਵੇਖਿਆ ਹੈ। ਤੂੰ ਕਿਵੇਂ ਕਹਿ ਸਕਦਾ ਹੈ, ਸਾਨੂੰ ਬਾਪ ਦੇ ਦਰਸ਼ਨ ਕਰਵਾ ਦੇ? ਕੀ ਤੂੰ ਇਮਾਨ ਨਹੀਂ ਰੱਖਦਾ ਕਿ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ ਹੈ? ਜੋ ਵਚਨ ਮੈਂ ਤੁਹਾਨੂੰ ਆਖਦਾ ਹਾਂ ਉਹ ਮੈਂ ਆਪਣੇ ਹੀ ਵੱਲੋਂ ਨਹੀਂ ਆਖਦਾ, ਸਗੋਂ ਬਾਪ ਜੋ ਮੇਰੇ ਵਿੱਚ ਹੈ ਵਾਸ ਕਰਦਾ ਹੈ, ਆਪਣੇ ਕੰਮ ਕਰਦਾ ਹੈ। ਮੇਰਾ ਯਕੀਨ ਕਰੋ ਕਿ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ ਹੈ, ਨਹੀਂ ਤਾਂ ਇਹਨਾਂ ਕੰਮਾਂ ਦੇ ਕਾਰਨ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਇਹ ਸੱਚ ਸੱਚ ਕਹਿੰਦਾ ਹਾਂ, ਜੋ ਮੇਰੇ ਉੱਤੇ ਇਮਾਨ ਰੱਖਦਾ ਹੈ ਉਹ ਵੀ ਉਹ ਕੰਮ ਕਰੇਗਾ ਜੋ ਮੈਂ ਕਰਦਾ ਹਾਂ, ਸਗੋਂ ਉਹ ਉਹਨਾਂ ਤੋਂ ਵੀ ਮਹਾਨ ਕੰਮ ਕਰੇਗਾ, ਕਿਉਂਕਿ ਮੈਂ ਬਾਪ ਕੋਲ ਜਾ ਰਿਹਾ ਹਾਂ। ਜੋ ਕੁਝ ਤੁਸੀਂ ਮੇਰਾ ਨਾਂ ਲੈ ਕੇ ਮੰਗੋਗੇ ਉਹ ਮੈਂ ਕਰਾਂਗਾ, ਤਾਂ ਜੋ ਪੁੱਤਰ ਵਿੱਚ ਬਾਪ ਮਹਿਮਾ ਪਾਵੇ। ਜੇਕਰ ਤੁਸੀਂ ਮੈਥੋਂ ਮੇਰਾ ਨਾਮ ਲੈ ਕੇ ਕੁਝ ਮੰਗੋ ਤਾਂ ਮੈਂ ਉਹ ਕਰਾਂਗਾ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਪ੍ਰਭ ਯੇਸੂ ਮਸੀਹ ਨੇ ਆਪਣੇ ਬਾਪ ਖੁਦਾ ਦਾ ਜਿਹੜਾ ਸੁਭਾਵ ਹੈ ਉਹ ਆਪਣੇ ਚੰਗੇ ਸ਼ਬਦਾਂ ਦੇ ਰਾਹੀਂ, ਪ੍ਰਚਾਰ ਕਰਨ ਦੇ ਰਾਹੀਂ ਅਤੇ ਚੰਗੇ ਚੰਗੇ ਕੰਮ ਕਰਨ ਦੇ ਨਾਲ ਲੋਕਾਂ ਵਿੱਚ ਪ੍ਰਗਟ ਕੀਤਾ, ਖੁਦਾ ਦੇ ਸੁਭਾਅ ਨੂੰ ਲੋਕਾਂ ਦੇ ਵਿੱਚ ਦਰਸਾਇਆ। ਅੱਜ ਦਾ ਵਚਨ, ਅੱਜ ਦੀ ਅੰਜੀਲ ਸਾਨੂੰ ਦੋ ਤਰੀਕੇ ਦੱਸਦੀ ਹੈ
ਜਿਨ੍ਹਾਂ ਦੇ ਨਾਲ ਅਸੀਂ ਖੁਦਾ ਦਾ ਪਿਆਰ, ਉਹਦਾ ਸੁਭਾਵ ਲੋਕਾਂ ਨੂੰ ਦੱਸ ਸਕਦੇ ਹਾਂ, ਦਰਸਾ ਸਕਦੇ ਹਾਂ। ਪਹਿਲਾ ਜ਼ਰੀਆ ਕੀ ਹੈ? ਜਦੋਂ ਅਸੀਂ ਅੱਜ ਦੀ ਅੰਜੀਲ ਵਿੱਚ ਉਹਦੀ 12 ਐਤ ਵਿੱਚ ਪੜ੍ਹਦੇ ਹਾਂ, ਵਚਨ ਸਾਨੂੰ ਦੱਸਦਾ ਹੈ, ਜੋ ਮੇਰੇ ਉੱਤੇ ਇਮਾਨ ਰੱਖਦਾ ਹੈ ਉਹ ਵੀ ਉਹ ਕੰਮ ਕਰੇਗਾ ਜੋ ਮੈਂ ਕਰਦਾ ਹਾਂ, ਸਗੋਂ ਉਹ ਉਹਨਾਂ ਤੋਂ ਵੀ ਮਹਾਨ ਕੰਮ ਕਰੇਗਾ। ਹਾਂ ਪਿਆਰਿਓ, ਆਪਣੇ ਨੇਕ ਕੰਮਾਂ ਦੇ ਰਾਹੀਂ ਜਦੋਂ ਅਸੀਂ ਪ੍ਰਭੂ ਦੇ ਵਿੱਚ ਇਮਾਨ ਰੱਖਦੇ ਹਾਂ ਅਤੇ ਚੰਗੇ ਅਤੇ ਭਲੇ ਕੰਮ ਕਰਦੇ ਹਾਂ, ਅਤੇ ਉਹਨਾਂ ਦੇ ਰਾਹੀਂ ਅਸੀਂ ਖੁਦਾ ਦਾ ਜਿਹੜਾ ਪਿਆਰ ਹੈ, ਉਹਦਾ ਸੁਭਾਵ ਹੈ, ਲੋਕਾਂ ਨੂੰ ਦੱਸ ਸਕਦੇ ਹਾਂ। ਅੱਜ ਅਸੀਂ ਪਹਿਲੇ ਪਾਠ ਵਿੱਚ ਸੁਣਿਆ ਹੈ, ਜੋ ਅਸੀਂ ਚੇਲਿਆਂ ਦੇ ਕਰਤੱਵ ਦੇ ਵਿੱਚੋਂ ਪੜ੍ਹਿਆ ਹੈ। ਵਚਨ ਸਾਨੂੰ ਦੱਸਦਾ ਹੈ ਕਿ ਪੌਲੁਸ ਅਤੇ ਬਰਨਾਬਾਸ ਨੇ ਨੇਕ ਕੰਮ ਕਰਨ ਦੇ ਰਾਹੀਂ, ਖੁਦਾ ਦਾ ਪ੍ਰਚਾਰ ਲੋਕਾਂ ਦੇ ਵਿੱਚ ਕਰਨ ਦੇ ਰਾਹੀਂ ਉਹਨਾਂ ਦੇ ਜੀਵਨ ਨੂੰ ਬਦਲਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ। ਅਤੇ ਅਸੀਂ ਵਚਨ ਵਿੱਚ ਸੁਣਿਆ ਕਿ ਕਿਸ ਤਰ੍ਹਾਂ ਜਦੋਂ ਇਹਨਾਂ ਦੋਵਾਂ ਨੇ ਖੁਦਾ ਦਾ ਪ੍ਰਚਾਰ, ਖੁਦਾ ਦਾ ਸ਼ਬਦ ਲੋਕਾਂ ਦੇ ਨਾਲ ਸਾਂਝਾ ਕੀਤਾ, ਉਹ ਕਿੰਨੇ ਖੁਸ਼ ਹੋਏ, ਉਹਨਾਂ ਦਾ ਜੀਵਨ ਬਦਲ ਗਿਆ। ਉਸੇ ਤਰ੍ਹਾਂ ਜਦੋਂ ਅਸੀਂ ਖੁਦਾ ਦੇ ਵਿੱਚ ਇਮਾਨ ਰੱਖਦਿਆਂ ਹੋਇਆ ਨੇਕ ਕੰਮ ਕਰਦੇ ਹਾਂ, ਅਤੇ ਸਾਡੇ ਨੇਕ ਕੰਮ ਪ੍ਰਭੂ ਦੇ ਲਈ ਉਹਦੀ ਸ਼ੋਭਾ ਨੂੰ ਵਧਾਉਂਦੇ ਨੇ, ਪ੍ਰਭੂ ਦਾ ਪਿਆਰ ਸੁਭਾਵ ਲੋਕਾਂ ਦੇ ਵਿੱਚ ਅਸੀਂ ਆਪਣੇ ਕੰਮਾਂ ਦੇ ਰਾਹੀਂ ਦਰਸਾਉਂਦੇ ਹਾਂ। ਹਾਂ ਪਿਆਰਿਓ, ਜਿਸ ਤਰ੍ਹਾਂ ਖੁਦਾ ਨੇ ਸਾਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਅਸੀਂ ਵੀ ਮਸੀਹ ਵਿੱਚ ਹੁੰਦਿਆਂ ਹੋਇਆ ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰਨ ਦੇ ਰਾਹੀਂ ਖੁਦਾ ਦਾ ਪਿਆਰ, ਉਹਦਾ ਸੁਭਾਵ ਲੋਕਾਂ ਨੂੰ ਦਰਸਾ ਸਕਦੇ ਹਾਂ। ਜਿਸ ਤਰ੍ਹਾਂ ਖੁਦਾ ਨੇ ਸਾਨੂੰ ਮਾਫ਼ ਕੀਤਾ ਹੈ, ਮਸੀਹ ਨੇ ਸਾਨੂੰ ਮਾਫ਼ ਕੀਤਾ ਹੈ, ਉਸੇ ਤਰ੍ਹਾਂ ਅਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਮਾਫ਼ ਕਰਨ ਦੇ ਰਾਹੀਂ ਉਹਦਾ ਜਿਹੜਾ ਸੁਭਾਵ ਹੈ ਲੋਕਾਂ ਉੱਤੇ ਪ੍ਰਗਟ ਕਰ ਸਕਦੇ ਹਾਂ। ਅਤੇ ਜਿਸ ਤਰ੍ਹਾਂ ਯੇਸੂ ਮਸੀਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੋਕਾਂ ਦੇ ਵਿੱਚ ਭਲੇ ਕੰਮ ਕਰਨ ਦੇ ਰਾਹੀਂ, ਉਹਨਾਂ ਦੀਆਂ ਲੋੜਾਂ ਜ਼ਰੂਰਤਾਂ ਦੇ ਵਿੱਚ ਉਹਨਾਂ ਦੇ ਨਾਲ ਹੋਣ ਦੇ ਰਾਹੀਂ ਆਪਣੇ ਬਾਪ ਦਾ ਜਿਹੜਾ ਪਿਆਰ ਹੈ ਲੋਕਾਂ ਉੱਤੇ ਪ੍ਰਗਟ ਕੀਤਾ, ਸੁਭਾਵ ਪ੍ਰਗਟ ਕੀਤਾ, ਉਸੇ ਤਰ੍ਹਾਂ ਅਸੀਂ ਵੀ ਆਪਣੇ ਚੰਗੇ ਅਤੇ ਨੇਕ ਕੰਮਾਂ ਦੇ ਰਾਹੀਂ ਖੁਦਾ ਦਾ ਪਿਆਰ, ਉਹਦਾ ਸੁਭਾਵ ਲੋਕਾਂ ਉੱਤੇ ਪ੍ਰਗਟ ਕਰ ਸਕਦੇ ਹਾਂ। ਦੂਜਾ ਜ਼ਰੀਆ ਇਹ ਹੈ, ਵਚਨ ਸਾਨੂੰ ਦੱਸਦਾ ਹੈ, ਜੋ ਕੁਝ ਤੁਸੀਂ ਮੇਰਾ ਨਾਂ ਲੈ ਕੇ ਮੰਗੋਗੇ ਉਹ ਮੈਂ ਕਰਾਂਗਾ। ਹਾਂ ਪਿਆਰਿਓ, ਮੰਗਣ ਦਾ ਮਤਲਬ ਹੈ ਅਸੀਂ ਪ੍ਰਾਰਥਨਾ ਕਰਨੀ ਹੈ, ਦੁਆ ਦੇ ਰਾਹੀਂ ਖੁਦਾ ਦਾ ਜਿਹੜਾ ਪਿਆਰ, ਉਹਦਾ ਸੁਭਾਵ ਲੋਕਾਂ ਉੱਤੇ ਪ੍ਰਗਟ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ। ਜਦੋਂ ਅਸੀਂ ਸੰਤ ਯਕੂਬ ਦਾ ਪੱਤਰ ਪੜ੍ਹਦੇ ਹਾਂ, ਉਹਦਾ 4:3 ਐਤ ਦੇ ਵਿੱਚ ਵਚਨ ਸਾਨੂੰ ਦੱਸਦਾ ਹੈ ਕਿ ਅਸੀਂ ਮੰਗਦੇ ਹਾਂ, ਦੁਆ ਦੇ ਵਿੱਚ ਸਾਨੂੰ ਨਹੀਂ ਮਿਲਦਾ, ਉਹਦਾ ਕਾਰਨ ਇਹ ਹੈ ਕਿਉਂਕਿ ਅਸੀਂ ਗਲਤ ਮੰਗਦੇ ਹਾਂ। ਪਰ ਜਦੋਂ ਅਸੀਂ ਨੇਕ ਦਿਲ ਦੇ ਨਾਲ, ਸਾਫ਼ ਦਿਲ ਦੇ ਨਾਲ, ਸਾਫ਼ ਨੀਅਤ ਰੱਖਦੇ ਹੋਏ ਪ੍ਰਭੂ ਦੇ ਕੋਲੋਂ ਜਦੋਂ ਅਸੀਂ ਦੁਆ ਦੇ ਵਿੱਚ ਕੁਝ ਵੀ ਮੰਗਾਂਗੇ ਉਹ ਸਾਨੂੰ ਦੇਵੇਗਾ। ਅਤੇ ਅਸੀਂ ਦੁਆ ਦੇ ਵਿੱਚ ਆਓ, ਅਸੀਂ ਜਿਹੜੇ ਸਾਡੇ ਆਲੇ ਦੁਆਲੇ ਸਾਡੇ ਭੈਣ ਭਰਾ
ਜਿਹੜੇ ਬਿਮਾਰ ਨੇ ਉਹਨਾਂ ਦੇ ਲਈ ਪ੍ਰਭੂ ਦੇ ਅੱਗੇ ਦੁਆ ਕਰੀਏ, ਪ੍ਰਾਰਥਨਾ ਕਰੀਏ ਕਿ ਸਾਡੀ ਪ੍ਰਾਰਥਨਾ ਦੇ ਰਾਹੀਂ ਪ੍ਰਭੂ ਉਹਨਾਂ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰੇ। ਆਓ ਅਸੀਂ ਲੋਕਾਂ ਦੇ ਕਾਰੋਬਾਰ ਦੇ ਵਿੱਚ, ਸਾਡੇ ਗੁਆਂਢੀਆਂ ਦੇ ਕਾਰੋਬਾਰ ਦੇ ਵਿੱਚ ਖੁਦਾ ਦੀ ਬਰਕਤ ਆਉਣ ਦੇ ਲਈ ਪ੍ਰਾਰਥਨਾ ਕਰੀਏ। ਆਓ ਅਸੀਂ ਸਾਡੇ ਭੈਣ ਭਰਾ ਜਿਹੜੇ ਆਪਣੇ ਦੁੱਖਾਂ ਦੇ ਵਿੱਚ ਨੇ, ਪਰੇਸ਼ਾਨੀਆਂ ਦੇ ਵਿੱਚ ਨੇ, ਦੁਆ ਕਰੀਏ ਉਹਨਾਂ ਵਾਸਤੇ ਕਿ ਉਹ ਆਪਣੇ ਦੁੱਖਾਂ ਦੇ ਵਿੱਚ, ਆਪਣੇ ਕਸ਼ਟਾਂ ਦੇ ਵਿੱਚ, ਇਮਾਨ ਦੇ ਵਿੱਚ ਮਜ਼ਬੂਤ ਰਹਿੰਦਿਆਂ ਹੋਇਆਂ ਪ੍ਰਭੂ ਦੇ ਵਿੱਚ ਬਣੇ ਰਹਿਣ। ਅਤੇ ਅੱਜ ਪਿਆਰੇ ਭਰਾਓ ਅਤੇ ਭੈਣੋ, ਵਚਨ ਦੇ ਰਾਹੀਂ ਸਾਨੂੰ ਖੁਦਾ ਬਾਪ ਦੋ ਤਰੀਕਿਆਂ ਦੇ ਰਾਹੀਂ ਉਹਦਾ ਪਿਆਰ, ਉਹਦਾ ਸੁਭਾਵ ਲੋਕਾਂ ਨੂੰ ਦੱਸਣ ਦੇ ਲਈ ਦੱਸਦੇ ਹੈ। ਪਹਿਲਾ ਜ਼ਰੀਆ ਹੈ ਅਸੀਂ ਆਪਣੇ ਨੇਕ ਕੰਮਾਂ ਦੇ ਰਾਹੀਂ, ਪਿਆਰ ਕਰਨ ਦੇ ਨਾਲ, ਇੱਕ ਦੂਜੇ ਨੂੰ ਮਾਫ਼ ਕਰਨ ਦੇ ਨਾਲ, ਉਹਨਾਂ ਦੇ ਨਾਲ ਮੇਲ ਮਿਲਾਪ ਦਾ ਜੋ ਸੰਬੰਧ ਹੈ ਰੱਖਣ ਦੇ ਨਾਲ, ਅਸੀਂ ਖੁਦਾ ਦਾ ਸੁਭਾਵ, ਉਹਦਾ ਪਿਆਰ ਲੋਕਾਂ ਉੱਤੇ ਪ੍ਰਗਟ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ। ਦੂਜਾ ਜ਼ਰੀਆ, ਅਸੀਂ ਆਪਣੇ ਮਨ ਨੂੰ ਸਾਫ਼ ਰੱਖਦਿਆਂ ਹੋਇਆਂ ਦੂਜਿਆਂ ਦੇ ਲਈ ਪ੍ਰਾਰਥਨਾ ਕਰਨ ਦੇ ਰਾਹੀਂ ਖੁਦਾ ਦਾ ਸੁਭਾਵ, ਉਹਦਾ ਪਿਆਰ ਲੋਕਾਂ ਉੱਤੇ ਦਰਸਾ ਸਕਦੇ ਹਾਂ, ਪ੍ਰਗਟ ਕਰ ਸਕਦੇ ਹਾਂ। ਆਓ ਅਸੀਂ ਅੱਜ ਪਾਕਮਾਸੀ ਕੁਰਬਾਨੀ ਦੇ ਵਿੱਚ ਖੁਦਾ ਦੇ ਕੋਲੋਂ ਬਰਕਤ ਮੰਗੀਏ ਕਿ ਅਸੀਂ ਨੇਕ ਕੰਮ ਕਰਨ ਦੇ ਰਾਹੀਂ, ਦੁਆ ਕਰਨ ਦੇ ਰਾਹੀਂ ਖੁਦਾ ਬਾਪ ਦਾ ਪਿਆਰ ਸੁਭਾਵ ਲੋਕਾਂ ਉੱਤੇ ਪ੍ਰਗਟ ਕਰ ਸਕੀਏ। ਦੇ ਪਰਮੇਸ਼ਵਰ ਨੂੰ ਇਮਾਨ ਦਾ ਬਲੀਦਾਨ ਚੜਾਓ, ਸੱਚ ਦੇ ਪਰਮੇਸ਼ਵਰ ਨੂੰ। ਹਾਂ ਉਸ ਤੇ ਉਮੀਦ ਰੱਖੋ ਤੁਸੀਂ ਸਾਰੇ, ਬੇੜੇ ਲਾਉਂਦਾ ਏ ਜੋ ਕਿਨਾਰੇ। ਦੇ ਪਰਮੇਸ਼ਵਰ ਨੂੰ ਇਮਾਨ ਦਾ ਬਲੀਦਾਨ ਚੜਾਓ, ਸੱਚ ਦੇ ਪਰਮੇਸ਼ਵਰ ਨੂੰ। ਆਪਣਾ ਮੁਖ ਸਾਡੇ ਉੱਤੇ ਚਮਕਾਉਂਦਾ, ਓਯੋ ਮੈਂ ਬਲਿਆਈ ਬਖਾਉਂਦਾ, ਆਪਣਾ ਮੁਖ ਸਾਡੇ ਉੱਤੇ ਚਮਕਾਉਂਦਾ, ਇੱਕ ਪਲ ਵੀ ਨਾ ਨਜ਼ਰ ਹਟਾਉਂਦਾ, ਇੱਕ ਪਲ ਵੀ ਨਾ ਨਜ਼ਰ ਹਟਾਉਂਦਾ, ਸਾਰੇ ਦਰਦ ਦਿਲਾਂ ਦੇ ਮਿਟਾਉਂਦਾ, ਸਾਰੇ ਦਾ ਬਲੀਦਾਨ ਚੜਾਓ,
ਸੱਚਦੇ ਪਰਮੇਸ਼ਵਰ ਨੂੰ, ਸੱਚਦੇ ਪਰਮੇਸ਼ਵਰ ਨੂੰ, ਸੱਚਦੇ ਪਰਮੇਸ਼ਵਰ ਨੂੰ। ਪਿਆਰੇ ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਆਪਣੇ ਪਰਿਵਾਰ ਦੀਆਂ ਨਜ਼ਰਾਨਿਆਂ ਨੂੰ ਤਰਸ ਨਾਲ ਕਬੂਲ ਕਰ। ਬਖਸ਼ ਦੇ ਕਿ ਤੇਰੀ ਹਿਫਾਜ਼ਤ ਦੇ ਰਾਹੀਂ ਉਹ ਤੇਰੇ ਤੋਂ ਮਿਲੀਆਂ ਬਰਕਤਾਂ ਨੂੰ ਕਦੇ ਖੋਹ ਨਾ ਦੇਣ, ਸਗੋਂ ਸਦੀਵੀ ਸੁਗਾਤ ਨੂੰ ਹਾਸਲ ਕਰ ਸਕਣ, ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੇਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ, ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ, ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ। ਮੁਕਤੀ ਪਾਉਣ ਦਾ ਰਾਹ ਵਾ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯੇਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੇ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ। ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ, ਉਹ ਹੁਣ ਵੀ ਸਾਡਾ ਪੁਰੋਹਿਤ ਹੈ ਜੋ ਖੁਦਾ ਬਾਪ ਅੱਗੇ ਹਮੇਸ਼ਾ ਸਾਡੇ ਲਈ ਵਕਾਲਤ ਕਰਦਾ ਹੈ। ਮਸੀਹ ਉਹ ਬਲੀ ਦਾ ਲੇਲਾ ਹੈ ਜੋ ਹੁਣ ਕਦੀ ਨਹੀਂ ਮਰੇਗਾ। ਉਹ ਕੁਰਬਾਨ ਕੀਤਾ ਗਿਆ ਸੀ, ਪਰ ਉਹ ਹਮੇਸ਼ਾ ਲਈ ਜਿੰਦਾ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਾਂ ਦੇ ਸੰਗਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਿਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉੱਚਿਆਂ ਵਿੱਚ ਹੋਸਨਾ। ਏ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤ੍ਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਪੇਚ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯੇਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ਇਮਾਨ ਦਾ ਭੇਦ। ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਦੇ ਵਿੱਚ ਬੱਝੇ ਰਹੀਏ। ਇਹ ਪ੍ਰਭੂ ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਰਸੋਲੀ ਸੰਚਾਲਕ ਬਿਸ਼ਪ ਐਗਨੈਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੇ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੁੰਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕਰ। ਆਮੇਨ। ਆਓ ਅਸੀਂ ਸਾਰੇ ਮਿਲ ਕੇ ਦੁਆ ਕਰੀਏ ਕਿ ਅਸੀਂ ਨੇਕ ਕੰਮਾਂ ਦੇ ਰਾਹੀਂ ਇੱਕ ਦੂਜੇ ਦੇ ਲਈ ਦੁਆ ਪ੍ਰਾਰਥਨਾ ਕਰਨ ਦੇ ਰਾਹੀਂ ਖੁਦਾ ਬਾਪ ਦਾ ਜੋ ਪਿਆਰ ਹੈ, ਸੁਭਾਵ ਹੈ, ਲੋਕਾਂ ਵਿੱਚ ਦਰਸਾ ਸਕੀਏ, ਪ੍ਰਗਟ ਕਰ ਸਕੀਏ। ਅਤੇ ਉਹ ਅਸੀਂ ਪ੍ਰਾਰਥਨਾ ਦੇ ਰਾਹੀਂ ਪ੍ਰਭੂ ਦੇ ਕੋਲੋਂ ਇਹਨਾਂ ਨੇਕ ਕੰਮਾਂ ਦੇ ਲਈ ਬਰਕਤ ਮੰਗੀਏ ਅਤੇ ਦੁਆ ਕਰੀਏ ਜਿਸ ਤਰ੍ਹਾਂ ਸਾਡੇ ਪ੍ਰਭੂ ਨੇ ਸਾਨੂੰ ਸਿਖਾਈ ਹੈ। ਆਏ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰੱਖੇ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਾ ਦੇ ਇਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਉਂਦਾ ਅਤੇ ਰਾਜ ਕਰਦਾ ਹੈ
ਸਦਾ ਤੋਂ ਸਦਾ ਤੀਕਰ ਆਮੇਨ ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ ਅਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਅਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਅਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ ਦੇਖੋ ਖੁਦਾ ਦਾ ਲੀਲਾ ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸਦੇ ਗਏ ਹਨ ਐ ਪ੍ਰਭੂ ਮੈਂ ਸਿਉਕਤਾ ਨਹੀਂ ਹਾਂ ਕਿ ਤੂੰ ਮੇਰੀ ਸ਼ਰਤ ਲੈ ਆਵੇਂ ਪਰ ਇੱਕ ਸ਼ਬਦ ਦਾ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ ਅਸੀਂ ਪ੍ਰਾਰਥਨਾ ਕਰੀਏ ਐ ਪ੍ਰਭੂ ਜਿਨ੍ਹਾਂ ਨੂੰ ਤੂੰ ਆਪਣੀ ਦਇਆ ਨਾਲ ਬਚਾਇਆ ਹੈ ਉਹਨਾਂ ਨੂੰ ਸੰਭਾਲ ਕੇ ਰੱਖ ਤਾਂ ਜੋ ਤੇਰੇ ਬੇਟੇ ਦੇ ਸਲੀਬੀ ਦੁੱਖ ਤਸੀਹਾਂ ਨਾਲ ਮੁਕਤ ਕੀਤੇ ਹੋਏ ਉਹ ਉਸ 'ਤੇ ਜੀ ਉੱਠਣ ਦੀ ਖੁਸ਼ੀ ਮਹਿਸੂਸ ਕਰ ਸਕਣ ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੇਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਪ੍ਰਦਾਨ ਕਰੇ
ਆਮੀਨ। ਕੁਰਬਾਨੀ ਚੜਾਈ ਗਈ, ਮਸੀਹ ਦੀ ਸ਼ਾਂਤੀ ਵਿੱਚ ਜਾਓ। ਹਾਲੇਲੂਯਾ ਹਾਲੇਲੂਯਾ, ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਯਾ ਹਾਲੇਲੂਯਾ। ਦੁਆ ਯਾਦ ਕਰ, ਯਾਦ ਕਰ, ਐ ਨਹਾਇਤ ਮਿਹਰਬਾਨ ਕੁਵਾਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ, ਤੇਰੇ ਤੋਂ ਗਾਲੀ ਗਿਆ ਹੋਵੇ। ਐ ਕੁਵਾਰੀ ਕੁਵਾਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀਆਂ ਤੇਰੇ ਕੋ ਨਾ ਸੌਂਦਾ ਹਾਂ, ਅਤੇ ਤੇਰੇ ਕੇ ਖਲੋ ਕੇ ਮੈਂ ਗੁਨਾਹ ਹੀ ਰੋਂਦਾ ਹਾਂ। ਐ ਦੇ ਤਰੀ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਾ ਨੂੰ ਹਕੀਕ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਫਜ਼ਲ ਦੀਆਂ ਹੋਈਆਂ ਬਾਰਿਸ਼ਾਂ ਜੀਓ ਦੇ, ਫਜ਼ਲ ਦੀਆਂ ਹੋਈਆਂ ਬਾਰਿਸ਼ਾਂ, ਹਾਂ ਦੇ ਫਜ਼ਲ ਦੀਆਂ ਹੋਈਆਂ ਬਾਰਿਸ਼ਾਂ, ਓ ਦੇ ਫਜ਼ਲ ਦੀਆਂ ਹੋਈਆਂ ਬਾਰਿਸ਼ਾਂ। ਰੱਬ ਸੁਣ ਲਈਆਂ ਸਾਡੀਆਂ ਸਿਫਾਰਿਸ਼ਾਂ, ਰੱਬ ਸੁਣ ਲਈਆਂ ਫਜ਼ਲ ਦੀਆਂ ਹੋਈਆਂ ਬਾਰਿਸ਼ਾਂ ਜੀਓ ਦੇ, ਫਜ਼ਲ ਦੀਆਂ ਹੋਈਆਂ ਬਾਰਿਸ਼ਾਂ। ਉਹਦੇ ਪਿਆਰ ਵਿੱਚ ਮੈਂ ਚੂਰ ਚੂਰ ਹੋ ਗਿਆ, ਹੋ ਗਿਆ ਪਾਕੇ ਨੂਰ ਰੋਹਾਨੀ, ਨੂਰੋ ਨੂਰ ਹੋ ਗਿਆ ਮੇਰੇ ਸਿਰ ਉੱਤੇ ਉਹਦੀਆਂ ਬਾਦਸ਼ਾਹਾਂ, ਮੇਰੇ ਸਿਰ ਉੱਤੇ ਉਹਦੀਆਂ ਬਾਦਸ਼ਾਹਾਂ, ਮੇਰੇ ਸਿਰ ਉੱਤੇ ਉਹਦੀਆਂ ਬਾਦਸ਼ਾਹਾਂ, ਮੇਰੇ ਸਿਰ ਉੱਤੇ ਉਹਦੀਆਂ ਬਾਦਸ਼ਾਹਾਂ ਜੀਓ ਦੇ, ਫਜ਼ਲ ਦੀਆਂ ਹੋਈਆਂ ਬਾਰਿਸ਼ਾਂ, ਹਾਂ ਦੇ ਫਜ਼ਲ ਦੀਆਂ ਹੋਈਆਂ ਬਾਰਿਸ਼ਾਂ, ਹੋਈਆਂ ਬਾਰਿਸ਼ਾਂ, ਹਾਂ ਬਾਰਿਸ਼ਾਂ, ਹੋਈਆਂ ਬਾਰਿਸ਼ਾਂ, ਬਾਰਿਸ਼ਾਂ ਜੀ ਹੋਈਆਂ ਬਾਰਿਸ਼ਾਂ, ਹਾਂ ਬਾਰਿਸ਼ਾਂ। ਫਜ਼ਲ ਦੀਆਂ ਹੋਈਆਂ ਬਾਰਿਸ਼ਾਂ, ਹਾਂ ਦੇ ਫਜ਼ਲ ਦੀਆਂ ਹੋਈਆਂ ਬਾਰਿਸ਼ਾਂ।